ਅਤੇ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੋਲਾ ਕੱਢ ਸਕਦਾ, ਮਾਵਾਂ ਭੈਣਾਂ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਿਲਾਫ ਜਾ ਸਕਦਾ, ਕੀ ਉਹ ਸਿੱਖ ਹੋ ਸਕਦਾ? ਸਾਰੇ ਪਿੰਡ ਨੇ ਸਟੈਂਡ ਬਣਾ ਲਿਆ, ਤੁਹਾਡਾ ਸਾਰਾ ਸਦਾ ਬਾਅਦ ਤੁਹਾਡਾ ਪਿੰਡ ਕਲੰਕਿਤ ਹੋ ਜੂ, ਤੁਸੀਂ ਇਹ ਸਟੈਂਡ ਲਓ, ਮਤਾ ਪਾਓ, ਇੱਥੇ ਅਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ, ਵੀ ਸਾਥੋਂ ਬੋਲੋਗੇ ਬਿਲਕੁਲ ਸਾਰੇ ਪਿੰਡ ਉਸ ਘਰ ਦਾ ਬਾਈਕਾਟ ਆ। ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹਨੇ ਬੰਦੇ ਨੇ ਹੱਥ ਪਾਇਆ, ਇੱਜ਼ਤ ਨੂੰ ਗਾਲਾਂ ਕੱਢੀਆਂ ਦਸਵੇਂ ਪਾਤਸ਼ਾਹ ਨੂੰ, ਮਾਵਾਂ ਭੈਣਾਂ ਦੀਆਂ। ਉਹ ਇੱਕ ਤਕੜੇ ਕਰਕੇ ਨੀ ਤੁਸੀਂ ਬੋਲਦੇ, ਤੁਹਾਡੀ ਗੈਰਤ ਮਿਲ ਗਈ ਪਿੰਡ ਵਾਲਿਆਂ ਦੀ, ਉਹ ਕੋਠੀ ਵਾਲਾ ਗਾ ਵੀ ਤੁਹਾਨੂੰ ਦਬਾ ਲੂ ਜਾ ਉਹ ਕਰ ਦੂ, ਇਹ ਤੁਹਾਡੇ ਪਿੰਡ ਦਾ ਹੀ ਆ, ਉੱਚਾ ਹੋਊਗਾ ਜੇ ਤੁਸੀਂ ਉਹਦਾ ਤੁਸੀਂ ਬਾਈਕਾਟ ਕਰੋਗੇ, ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ, ਜੇ ਤੁਸੀਂ ਉਹਦਾ ਪੱਖ ਪੂਰੋਗੇ ਫਿਰ ਤੁਹਾਡੇ ਲਾਹਣਤ ਪੈਣਗੀਆਂ। ਬਾਈਕਾਟ ਕਰਨ ਉਹਨਾਂ ਚਿਰ ਬਾਈਕਾਟ ਕਰਨ ਜਿਹਨਾਂ ਚਿਰ ਗੋਡੇ ਰੁੜ ਕੇ ਇੱਥੇ ਦਰਬਾਰ 'ਤੇ ਨਾ ਕੇ ਮਾਫ਼ੀ ਮੰਗਿਆ ਲੰਬੇ ਪੈਸੇ ਮੰਗਣ, ਕਿਉਂ ਬਾਬਾ ਜੀ? ਉਹਨਾਂ ਚਿਰ ਸਾਰਾ ਪਿੰਡ ਬਾਈਕਾਟ ਕਰੇ ਉਹਦਾ, ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆ ਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫ਼ੀ ਨਹੀਂ ਮੰਗਦਾ, ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਹੀਂ ਜਾਣੀ ਚਾਹੀਦੀ। ਭਾਵੇਂ ਕੋਈ ਉਹਨਾਂ ਦੇ ਵਿਆਹ ਹੋਵੇ, ਭਾਵੇਂ ਕੋਈ ਮਰਗ ਹੋਵੇ, ਜਿੰਨਾ ਚਿਰ ਤੱਕ ਉਹ ਸਾਰਾ ਗੁਰੂ ਸਾਹਿਬ ਨੂੰ ਕਿਹਾ ਮੰਦਾ ਚੰਗਾ ਸਿੰਘਾਂ ਨੂੰ ਬੋਲਿਆ ਤੁਹਾਡੇ ਸਾਹਮਣੇ ਕਿਵੇਂ ਗਾਲਾਂ ਕੱਢਦਾ, ਉਹਦੀ ਤਾਂ ਬੰਦੀ ਜਵਾਨ ਵੱਢਣ ਵਾਲੀ ਹੈ, ਕਾਨੂੰਨ ਮੁਤਾਬਕ ਸਿੰਘਾਂ ਦੇ ਗੁਰਮਤੇ ਮੁਤਾਬਕ ਜਿਹੜਾ ਇਹੋ ਜਿਹੇ ਕੰਮ ਕਰਦਾ ਉਹਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ। ਉਹਦੇ ਘਰ ਵਾਲੇ ਵੀ ਕਹਿੰਦੇ ਵੀ ਐਂ ਕਹਿੰਦੇ ਹੰਕਾਰੀ ਫਿਰਦੀ ਹੈ ਵੀ 4 ਕਿੱਲੇ ਵੇਚ ਕੇ ਲਾ ਦਾਂਗੇ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿਣਾ ਵੀ ਉਹਦਾ ਬਾਈਕਾਟ ਕਰੋ, ਜੇ ਉਹ ਤਾਂ ਕੋਈ ਗਰੀਬ ਹੁੰਦਾ, ਕੋਈ ਰਮਦਾਸ ਜਾਂ ਮਜ਼ਬੀ ਸਿੱਖ ਹੁੰਦਾ, ਤੁਸੀਂ ਉਹਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਦੇ ਕੱਢ ਦੇਣੇ ਸੀ, ਉਹ ਇੱਕ ਤਕੜੇ ਕਰਕੇ ਨੀ ਤੁਸੀਂ ਬੋਲਦੇ, ਤੁਹਾਡੀ ਗੈਰਤ ਮਿਲ ਗਈ ਪਿੰਡ ਵਾਲਿਆਂ ਦੀ, ਉਹ ਕੋਠੀ ਵਾਲਾ ਗਾ ਵੀ ਤੁਹਾਨੂੰ ਦਬਾ ਲੂ ਜਾ ਉਹ ਕਰ ਦੂ, ਉਹ ਜਿਹੜਾ ਗੁਰੂ ਸਾਹਿਬ ਨੂੰ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਜਾਂ ਹੋਰ ਕੀ ਲੱਗਦਾ ਉਹ? ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ, ਜਿੰਨਾ ਚਿਰ ਉਹ ਇੱਥੇ ਗੋਡੇ ਰੁੜ ਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਮਾਫ਼ੀ ਨਹੀਂ ਮੰਗਦਾ ਵੀ ਮੇਥੋਂ ਗਲਤ ਕਿਹਾ ਗਿਆ, ਸਾਰਾ ਪਰਿਵਾਰ ਇੱਥੇ ਗੋਡੇ ਰੁੜ ਕੇ ਆਵੇ ਤਾਂ ਉਹਨੂੰ ਉਹਦੇ ਉੱਤੇ ਪਿੰਡ ਤਾਂ ਮੇਲ ਮਿਲਾਪ ਕਰੋ, ਨਹੀਂ ਕੋਈ ਮੇਲ ਮਿਲਾਪ ਨਹੀਂ ਰੱਖਣਾ। ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਸਿੱਖ ਹੀ ਨਹੀਂ ਹੈਗੇ ਫਿਰ ਜਿਹੜਾ ਕੁਛ ਮਰਜ਼ੀ ਕਰੀ ਜਾਓ, ਇਹ ਗਲਤ ਗੱਲ ਦੱਸੋ ਪਿੰਡ ਵਾਲੇ ਖੜੇ ਹੋ, ਜਿਹੜਾ ਗੁਰੂ ਸਾਹਿਬ ਨੂੰ ਨੀ ਬਖਸ਼ਦਾ ਉਹ ਤੁਹਾਡਾ ਕਿਹਦਾ ਕਿ ਸਾਡਾ ਕੀ ਲੱਗਦਾ? ਬਾਈਕਾਟ ਕਰੋ, ਲੋਸਮੈਂਟ ਕਰੋ, ਹੁਣੇ ਸਾਡੇ ਸਾਹਮਣੇ ਇਥੇ ਮਤਾ ਪਾਓ, ਉਹਦੇ ਵਿੱਚ ਵੀ ਉਹਨਾਂ ਚਿਰ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨੀ, ਕੋਈ ਕੁਛ ਨੀ। ਜੇ ਉਹ ਆਵੇ ਉਹ ਜਿਹੜੀ ਕਾਨੂੰਨ ਦੀ ਸਜ਼ਾ ਲੱਗੇ, ਕਾਨੂੰਨ ਦੀ ਸਜ਼ਾ ਭੁਗਤ ਕੇ ਫਿਰ ਇੱਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇਹਦੀ ਸਜ਼ਾ ਲੱਗੀ ਆ, ਇੱਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫ਼ੀਆਂ ਮੰਗੇ, ਫਿਰ ਉਹਦੇ ਨਾਲ ਫੇਰ ਦੇਖਾਂਗੇ, ਕਿਉਂ ਬਾਬਾ ਜੀ? ਇਹੋ ਜਿਹੇ ਬੰਦੇ ਨੂੰ ਇਹੀ ਸਜ਼ਾ ਲੱਗਣੀ ਚਾਹੀਦੀ ਹੈ, ਪਤਾ ਲੱਗੇ ਹੋਰ ਉਹਨੂੰ ਜਾਨ ਤਾਂ ਨੀ ਮਾਰਨ ਲੱਗੇ, ਇਹ ਤਾਂ ਇੰਨਾ ਘੱਟ ਤੋਂ ਘੱਟ ਕਰ ਸਕਦੇ ਆ। ਜੇ ਬੰਦੇ ਨਾਲ ਰੰਜਿਤ ਸਾਹਿਬ ਦੇ ਨਾਲ ਉਹ ਕੱਢੋ, ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ, ਬੇਅਦਬੀ ਪੱਗ ਦੀ ਬੇਅਦਬੀ ਕਰਨੀ, ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ, ਗੁਰੂ ਸਾਹਿਬ ਦੀ ਦੇਣ ਆ ਉਹਨੂੰ ਕੋਠੀਆਂ ਵਿੱਚ ਬਿਠਾ ਤਾ, ਉਹਨੂੰ ਜ਼ਮੀਨਾਂ ਦੇ ਤੀਆਂ, ਹੰਕਾਰ ਗਿਆ, ਮਾਇਆ ਦਾ ਨਸ਼ਾ ਹੋ ਗਿਆ ਉਹਨੂੰ, ਤਾਂ ਹੀ ਗੁਰੂ ਸਾਹਿਬ ਨੂੰ ਮਾੜਾ ਬੋਲਦਾ, ਮਾਤਾ ਨੂੰ ਮਾੜਾ ਬੋਲਦਾ, ਗਾਲਾਂ ਕੱਢਦਾ, ਇਹੋ ਜਿਹੇ ਜਵਾਨ ਚ ਕੀੜੇ ਪੈਣਗੇ, ਹੋਰ ਕੀ ਹੋਊਗਾ? ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗਸੀ ਕਰਤੀ ਇੱਕ ਬੰਦੇ ਨੇ, ਆਪਣਾ ਵੀਡੀਓ ਕਿੰਨੀ ਕੁ ਚੱਲਣੀ ਆ।
ਤੁਹਾਡੇ ਪਿੰਡ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾ ਲਿਆ ਤੁਹਾਡਾ ਸਾਰਾ ਸਦਾ ਬਾਅਦ ਤੁਹਾਡਾ ਪਿੰਡ ਕਲੰਕਤ ਹੋਜੂ ਤੁਸੀਂ ਇਹ ਸਟੈਂਡ ਲਓ ਮਤਾ ਪਾਓ ਇੱਥੇ ਅਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ ਸਾਥੋਂ ਭੁੱਲੋਗੇ ਬਿਲਕੁਲ ਸਾਰੇ ਪਿੰਡ ਕਰਦਾ ਬਾਈ ਕਾਟਾ ਇਹ ਤੁਸੀਂ ਕੋਈ ਨੀ ਹੁਣ ਵਿਚਾਰ ਲਓ ਜੇ ਹੋਰ ਗੱਲਾਂ ਕਰ ਲਓ ਨਹੀਂ ਨਹੀਂ ਕਰੋ ਤੇ ਚਾਹੇ ਅੱਜ ਹੀ ਤੁਸੀਂ ਆਪਦਾ ਵਿਚਾਰ ਲਓ ਇਹ ਤੁਸੀਂ ਅਜੇ ਬੈਠੇ ਆ ਆਪਣੇ ਆਪੋ ਆਪਣੀ ਰਾਏ ਦੱਸ ਦੋ ਵੀ ਜੇ ਕੋਈ ਗਲਤ ਗੱਲ ਕਹੀ ਆ ਇਹ ਜੇ ਕੋਈ ਪਿੰਡ ਵਾਲਿਆਂ ਨੂੰ ਕਿਸੇ ਸਾਡੀ ਗਲਤ ਗੱਲ ਲੱਗੇ ਤਾਂ ਦੱਸੋ ਤੁਸੀਂ ਕੋਈ ਆਪਾਂ ਇੱਥੇ ਉਹ ਨੀ ਕਰ ਲਿਆ ਹੈਗਾ ਤੁਸੀਂ ਆਪਣੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ ਤੁਸੀਂ ਸਾਰੇ ਗਲਤ ਕੋਈ ਨਹੀਂ ਇਹ ਤੁਹਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ ਜੇ ਤੁਸੀਂ ਉਹਦਾ ਤੁਸੀਂ ਬਾਈਕਾਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਜੇ ਤੁਸੀਂ ਉਹਦਾ ਪੱਖ ਪੂਰੋਗੇ ਫਿਰ ਤੁਹਾਡੇ ਲਾਹਨਤ ਪੈਣਗੀਆਂ ਇਲਾਕੇ ਪਾਇਆ ਸਿਆਲ ਦੇ ਚਾਹ ਇੱਥੇ ਨਾਲ ਹੀ ਸਿੱਲ ਪਿੰਡ ਆ ਉੱਥੇ ਵੀ ਉਹ ਅੰਦਰ ਵਰ ਗਿਆ ਉੱਥੇ ਵੀ ਕਰਾ ਗਏ ਅਸੀਂ ਆ ਮੋਰਿੰਡਾ ਹੋ ਗਿਆ ਆ ਜਾ ਸਾਰਾ ਬੇਅਦਬੀ ਵਾਲਾ ਸਿਸਟਮ ਚੱਲ ਪਈ ਵੀ ਆ ਇਲਾਕੇ ਦੇ ਵਿੱਚ ਮੈਂ ਉਦੋਂ ਕੋਤਵਾਲੀ ਹੁਣ ਤਾਂ ਸਰੇ ਐਵੇਂ ਬੋਲਣ ਲੱਗ ਗਿਆ ਨਾ ਗਾਲਾਂ ਕੱਢ ਰਿਹਾ ਬੰਦਾ ਦੇਖ ਐ ਟੋਪੀ ਘੁਮਾ ਕੇ ਕਰਦਾ ਉਹ ਨਹੀਂ ਬਾਈ ਸਿਰ ਵੱਡੋ ਹੁਣ ਬਗਾਨੇ ਵਾਲਾ ਕੱਢ ਰਿਹਾ ਆਪਣੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੰਸਪੈਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਨਿਹੰਗ ਸਿੰਘ ਫੌਜਾ ਸਾਰਾ ਪਿੰਡ ਸਾਰੀ ਪੰਚਾਇਤ ਸਾਰਿਆਂ ਨੂੰ ਇਹੀ ਬੇਨਤੀ ਹੈ ਬਾਅਦ ਚ ਕਰਦੇ ਮੀਟਿੰਗ ਚੱਲਦੀ ਹੈ ਵੀ ਕੋਈ ਵੀ ਧਿਆਨ ਦੇਣ ਦੀ ਲੋੜ ਹੈ ਵੀ ਕੋਈ ਨਿਹੰਗ ਸਿੰਘ ਬਾਣੇ ਦੀ ਕੋਈ ਬੇਅਦਬੀ ਕਰਦਾ ਹੈ ਉਹਦੇ ਤੇ ਬੜੀ ਵੱਡੀ ਕਾਰਵਾਈ ਗਾਂਤ ਹੋਏਗੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਾਂ ਕੋਈ ਨਿਹੰਗ ਸਿੰਘ ਗਲਤ ਹੋਵੇ ਕੋਈ ਸ਼ਰਾਬ ਪੀਂਦਾ ਹੋਵੇ ਪਿੰਡ ਚ ਕੋਈ ਗਲਤ ਕੰਮ ਕਰਦਾ ਹੋਵੇ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਤੁਸੀਂ ਲਿਖ ਕੇ ਭੇਜੋ ਅਸੀਂ ਆਪ ਉਹਦੇ ਸੰਗਲ ਲਾਵਾਂਗੇ ਤਾਂ ਪਰ ਇਹ ਨੀ ਹੈਗਾ ਵੀ ਜਿਹੜਾ ਵੀ ਸ਼ਰਾਬੀ ਚੱਕ ਕੇ ਨਿਹੰਗ ਸਿੰਘ ਦੇ ਬਾਣੀ ਦੀ ਬੇਅਦਬੀ ਕਰੇ ਜਾਂ ਪੱਗ ਦੀ ਬੇਅਦਬੀ ਕਰੇ ਜਾਂ ਸ਼ਸਤਰਾਂ ਦੀ ਬੇਅਦਬੀ ਇਹ ਕਦੀ ਨਹੀਂ ਹੋ ਸਕਦਾ ਨਾ ਅਸੀਂ ਹੋਣ ਦੇਵਾਂਗੇ ਤੇ ਬਾਕੀ ਪਿੰਡ ਦੀ ਸਾਰੀ ਪੰਚਾਇਤ ਇੱਕ ਬੜਾ ਵਧੀਆ ਲਿਖਤੀ ਮਤਾ ਦੇ ਕੇ ਤੁਸੀਂ ਮੀਡੀਆ 'ਚ ਬੋਲਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਧ ਸਾਡੇ ਲਈ ਕੋਈ ਨੀਗਾ ਨਾ ਅੱਜ ਸੀਗਾ ਨਾ ਕੱਲ੍ਹ ਸੀਗਾ ਕਿਉਂਕਿ ਦਸਵੇਂ ਪਾਤਸ਼ਾਹ ਲਈ ਅਸੀਂ ਸੀਸ ਦੇ ਵੀ ਸਕਦੇ ਹਾਂ ਤੇ ਲੈ ਵੀ ਸਕਦੇ ਹਾਂ ਇਹ ਨੀ ਹੈਗਾ ਕੋਈ ਪਿੰਡ ਦਾ ਜੇ ਧਨਾਟ ਬੰਦਾ ਹੋਏਗਾ ਜਾਂ ਕੋਈ ਪੈਸੇ ਵੱਲੋਂ ਜ਼ਮੀਨ ਵੱਲੋਂ ਤਕੜਾ ਹੋਏਗਾ ਨਹੀਂ ਸਾਨੂੰ ਜੇ ਜੋ ਵੀ ਕਰਨਾ ਪਿਆ ਜੇ ਉੱਥੇ ਹਜ਼ਾਰ ਬੰਦਾ ਵੀ ਮਾਰਨਾ ਪਿਆ ਇਹ ਮਾਰਾਂਗੇ ਜਿਹੜਾ ਗੁਰੂ ਦੀ ਬੇਅਦਬੀ ਕਰੇਗਾ ਇਸ ਕਰਕੇ ਸਾਰੀ ਪੰਚਾਇਤ ਤੁਸੀਂ ਮਤਾ ਪਾਓ ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆ ਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫ਼ੀ ਨਹੀਂ ਮੰਗਦਾ ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਹੀਂ ਜਾਣੀ ਚਾਹੀਦੀ ਪਿੰਡ ਦਾ ਬਸ ਬਾਈਕਾਟ ਭਾਵੇਂ ਕੋਈ ਉਹਨਾਂ ਦੇ ਵਿਆਹ ਹੋਵੇ ਭਾਵੇਂ ਕੋਈ ਮਰਗ ਹੋਵੇ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਮਾਫ਼ੀ ਨਹੀਂ ਮੰਗਦਾ ਇੱਥੇ ਗੁਰੂ ਘਰ 'ਚ ਆ ਕੇ ਵੀ ਸਾਡੇ ਕੋਲ ਗਲਤੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੋਲਾ ਕੱਢ ਸਕਦਾ ਮਾਵਾਂ ਭੈਣਾਂ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਿਲਾਫ਼ ਜਾ ਸਕਦਾ ਕਿ ਉਹ ਸਿੱਖ ਹੋ ਸਕਦਾ ਤੁਹਾਡੇ ਪਿੰਡ ਦੀ ਕਿੰਨੀ ਬੇਅਦਬੀ ਆ ਸਰਪੰਚ ਸਾਹਿਬ ਵੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਯੂਥ ਵੀ ਖੜਾ ਇਸ ਕਰਕੇ ਤੁਸੀਂ ਤਕੜੇ ਹੋ ਇਹ ਤੁਹਾਡਾ ਫਰਜ਼ ਮੰਨਦਾ ਸੀ ਉਹਦੀਆਂ ਲੱਤਾਂ ਤੋੜਨੀਆਂ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਲੇ ਤੇ ਅਸੀਂ ਬੰਦਾ ਮਾਰ ਦਿੰਦੇ ਹਾਂ ਕੋਈ ਭੈਣ ਨੂੰ ਹੱਥ ਪਾਲੇ ਅਸੀਂ ਬੰਦਾ ਮਾਰ ਦਿੰਦੇ ਹਾਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹਨੇ ਬੰਦੇ ਨੇ ਹੱਥ ਪਾਇਆ ਇੱਜ਼ਤ ਨੂੰ ਗਾਲਾਂ ਕੱਢੀਆਂ ਦਸਵੇਂ ਪਾਤਸ਼ਾਹ ਨੂੰ ਮਾਵਾਂ ਭੈਣਾਂ ਦੀਆਂ ਇਸ ਕਰਕੇ ਸਾਰਾ ਪਿੰਡ ਇਕੱਠਾ ਹੋ ਕੇ ਤੁਸੀਂ ਮਤਾ ਪਾ ਕੇ ਮੀਡੀਆ ਦੇ ਵਿੱਚ ਇਹ ਚੀਜ਼ ਬੋਲੀ ਜਾਵੇ ਵੀ ਕੋਈ ਵੀ ਬੰਦਾ ਅੱਜ ਤੋਂ ਬਾਅਦ ਇਸ ਤਰ੍ਹਾਂ ਗੁਰੂ ਨੂੰ ਮੰਦਾ ਬੋਲੇ ਜਾਂ ਕਿਸੇ ਦੀ ਬੇਅਦਬੀ ਕਰਦਾ ਹੈ ਤੇ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਘਰ ਨਹੀਂ ਜਾਣਾ ਚਾਹੀਦਾ ਬੰਦੇ ਦੇ ਨਹੀਂ ਸਾਨੂੰ ਦੁਬਾਰਾ ਕਾਰਵਾਈ ਕਰਨੀ ਪਏਗੀ ਹਾਂ ਉਹ ਸਾਰਾ ਪਰਿਵਾਰ ਆ ਗਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ
ਮਾਫੀ ਮੰਗੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ, ਵੀ ਅੱਗੇ ਤੋਂ ਇਹੋ ਜਿਹੀ ਕੋਈ ਪਰਿਵਾਰ ਦੇ ਵਿੱਚ ਗਲਤੀ ਨਹੀਂ ਕਰੇਗਾ ਗੁਰੂ ਮਹਾਰਾਜ ਬਾਰੇ, ਫਿਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਜਾਊਗਾ, ਨਹੀਂ ਤਾਂ ਉਹਦੇ ਘਰ ਨਹੀਂ ਬਿਲਕੁਲ ਵੀ ਜਾਏਗਾ। ਤੇ ਮੰਗਾਓ ਤੁਸੀਂ ਮੀਡੀਆ ਤੇ ਮੰਗਾ ਲਓ ਸ਼ਾਮ ਨੂੰ, ਇਹ ਤੁਸੀਂ ਦੇਖਣਾ ਮਾਫੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨਹੀਂ ਕਰਦਾ ਮਰਜ਼ੀ ਗੁਰੂ ਦੀ ਬੇਦਬੀ ਕਰੇ, ਗਾਲਾ ਕੱਢੇ, ਕੋਈ ਤੁਹਾਡੇ ਪਿੰਡ ਦੀ ਕਿੰਨੀ ਬਦਨਾਮੀ, ਤੁਹਾਡੇ ਗੁਰੂ ਨੂੰ ਕੋਈ ਬੰਦਾ ਗਾਲਾ ਕਰ ਰਿਹਾ ਪਿੰਡ ਦਾ, ਇਸ ਕਰਕੇ ਸਾਰੇ ਧਿਆਨ ਦੇ ਕੇ ਇਹ ਗੱਲ ਆਪਾਂ ਧਿਆਨ ਚ ਲਿਆਈਏ ਤੇ ਮਤਾ ਪਾ ਕੇ ਤੁਸੀਂ ਜਿੰਨਾ ਚਿਰ ਤੱਕ ਉਹ ਸਾਰਾ ਮਸਲਾ ਹੱਲ ਨਹੀਂ ਹੁੰਦਾ ਮਾਫੀ ਵਾਲਾ, ਤੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਨਹੀਂ ਜਾਏਗਾ ਕੋਈ ਖੁਸ਼ੀ ਗਮੀ ਚ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।